चली नहीं, चलन ही नहीं दिती उह ते आपां सिर्फ उत्थे हाजरी लवाउण दे नाल तां कम्म नहीं बनना ना जी। जे कम्म करना ही आ ते फिर ग्राउंड फील्ड दे विच आ के कम्म करना चाहीदा। ते मैं खुश हाँ कि मैं जिहड़े लोकां दे कम्म आ के उहनां दे विच रह के जे उहनां दी कोई जिंदगी दे विच कोई सुधार कर सकां तां जिहड़ा मैं करदा आ रिहा, जिहड़ी मैं पब्लिसिटी नहीं करदा, ते मैं उस चीज़ 'च खुश हाँ कि मैं ਉਹ ਜਿਹੜਾ ਲੋਕਾਂ ਲਈ ਕੰਮ ਹੋਏ ਆ ਦੇ ਆਰ ਹੈਪੀ। ਤੇ ਦੇਖੋ ਸਾਰਿਆਂ ਨੂੰ ਤਾਂ ਖੁਸ਼ ਮੈਂ ਵੀ ਨਹੀਂ ਕਰ ਸਕਦਾ, ਲੋਕ ਤਾਂ ਰੱਬ ਤੋਂ ਵੀ ਨਹੀਂ ਖੁਸ਼ ਹੈਗੇ। ਤੇ ਜਿਹੜੇ ਭਾਈ ਮੈਨੂੰ ਕਹਿ ਰਹੇ ਕਿ ਜੀ ਮੈਂ ਰਾਜ ਸਭਾ 'ਚ ਨਹੀਂ ਗਿਆ ਜਾਂ ਮੈਂ ਉੱਥੇ ਨਹੀਂ ਗਿਆ, ਬਾਈ ਤੁਸੀਂ ਆਪਣੇ ਪਾਸਿਓਂ ਸਹੀ ਹੋ, ਮੈਂ ਆਪਣੇ ਪਾਸਿਓਂ ਸਹੀ ਹਾਂ। ਮੈਨੂੰ ਲੱਗਦਾ ਜੀ ਕਿ ਮੈਂ ਉੱਥੇ ਜਾ ਕੇ ਜਦੋਂ ਰਾਜ ਸਭਾ ਚੱਲੇਗੀ ਮੈਂ ਉੱਥੇ ਜਾ ਕੇ ਬੈਠਾਂਗਾ, ਪੰਜਾਬ ਦੀ ਵੀ ਗੱਲ ਕਰਾਂਗਾ, ਹਿੰਦੁਸਤਾਨ ਦੀ ਗੱਲ ਕਰਾਂਗਾ, ਜਿੱਥੇ ਜਿੱਥੇ ਮੁੱਦਿਆਂ ਦੀ ਗੱਲ ਆ ਉੱਥੇ ਮੁੱਦਿਆਂ ਦੀ ਗੱਲ ਕਰਾਂਗਾ, ਔਰ ਆਵਾਜ਼ ਜ਼ਰੂਰ ਚੱਕਾਂਗਾ ਆਪਣੇ ਹਰ ਭਾਈ ਭੈਣ ਲਈ ਜਿਹੜੇ ਜਿਹਨਾਂ ਦੀ ਜ਼ਿੰਦਗੀ ਨੂੰ ਅਸੀਂ ਬਿਹਤਰ ਕਰ ਸਕੀਏ। ਬਾਕੀ ਰਹਿ ਗਈ ਗੱਲ ਹੋਰ ਇੱਧਰੋਂ ਉੱਧਰੋਂ ਲੋਕ ਕੀ ਕਹਿ ਰਹੇ, ਉਹਦਾ ਦੇਖੋ ਜੀ ਮੈਂ ਖਾਸ ਕੁਛ ਕਰ ਨਹੀਂ ਸਕਦਾ। ਪਿਛਲੀ ਵਾਰੀ ਬਹੁਤ ਵੱਡਾ ਇੱਕ ਕੰਮ ਕੀਤਾ ਤੁਸੀਂ, ਲੜਕੀ ਨੂੰ ਅਰਬ ਦੇਸ਼ 'ਚ ਫਸੀ ਸੀ ਉਹਨੂੰ ਵਾਪਸ, ਉਸ 'ਤੇ ਕੰਮ ਹਾਲੇ ਪੂਰਾ ਨਹੀਂ ਹੋਇਆ ਜੀ। ਉਹ ਲੜਕੀ ਤਾਂ ਜ਼ਰੂਰ ਅਰਬ ਦੇਸ਼ ਤੋਂ ਵਾਪਸ ਆ ਗਈ ਹੈ, ਉਸ 'ਤੇ ਬਹੁਤ ਕੰਮ ਕਰ ਰਹੇ, ਸੀਚੇਵਾਲ ਸਾਹਿਬ ਵੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਵੀ ਲੱਗੇ ਹੋਏ ਹਾਂ, ਮੁਹਿੰਮ ਜੁੜੀ ਹੋਈ ਹੈ। ਦੇਖਿਓ ਸਾਡੀ ਟੀਮ ਆ ਕਿ ਸੀਚੇਵਾਲ ਸਾਹਿਬ ਵੀ ਆਪਣੇ ਪਾਸਿਓਂ ਲੱਗੇ ਹੋਏ, ਮੈਂ ਆਪਣੇ ਪਾਸਿਓਂ ਲੱਗਿਆ ਹੋਇਆ। ਅਤੇ ਥੋੜ੍ਹਾ ਜਿਹਾ ਮੈਂ ਇਸ ਚੀਜ਼ਾਂ ਨੂੰ ਹਾਈਲਾਈਟ ਨਹੀਂ ਕਰਦਾ ਕਿ ਮੈਂ ਗਰਾਊਂਡ ਵਰਕ 'ਤੇ ਕੀ ਕੰਮ ਕਰ ਰਿਹਾ, ਬਟ ਮੇ ਵੀ ਹਾਂ ਸ਼ਾਇਦ ਅੱਜ ਕੱਲ੍ਹ ਦਾ ਜਿਹੜਾ ਨਜ਼ਾਰਾ ਉਹ ਇਹੀ ਹੈ ਕਿ ਤੁਸੀਂ ਜੋ ਕੰਮ ਕਰਦੇ ਹੋ ਚਾਹੇ ਉਹ 1 ਰੁਪਏ ਦਾ ਕੰਮ ਹੋ ਤਾਂ 10 ਰੁਪਏ ਦਾ।